ACP ਵੈਸ ਤੇ SHO ਸਰਾਭਾ ਨਗਰ ਦੀ ਟੀਮ ਨੂੰ ਜਿਹੜੀ ਬਹੁਤ ਵੱਡੀ ਜਿਹੜੀ ਸਫਲਤਾ ਅਤੇ ਵਧੀਆ ਸਫਲਤਾ ਜਿਹੜੀ ਹਾਸਿਲ ਹੋਈ ਹੈ। ਇਹਨਾਂ ਦੀ ਟੀਮ ਨੇ ਇੱਕ ਜਿਹੜਾ ਕੁਖਿਆਤ ਅਪਰਾਧੀ ਸੀਗੇ ਦੋ, ਇੱਕ ਗੁਰਦੀਪ ਸਿੰਘ ਵਿੱਕੀ ਅਤੇ ਹਰਪ੍ਰੀਤ ਸਿੰਘ ਰਿੱਕੀ ਹੈ, ਇਹਨਾਂ ਨੂੰ ਗ੍ਰਿਫਤਾਰ ਕੀਤਾ। ਜਿਹੜੇ ਦੋਨੋਂ ਮੁੱਲਾਪੁਰ ਦੇ ਰਹਿਣ ਵਾਲੇ ਨੇ, ਦੋਨੋਂ ਭਰਾ ਨੇ। ਇਹਨਾਂ ਨੇ 29 ਤਰੀਕ ਨੂੰ ਜਿਹੜਾ ਹੈਗਾ ਕਿ ਆਪਣੀ ਇਨੋਵਾ ਗੱਡੀ ਲੈ ਕੇ, ਵੈਪਨ ਲੈ ਕੇ, ਨਜਾਇਜ਼ ਅਸਲਾ ਇਹਨਾਂ ਕੋਲ ਹੈਗਾ ਉਹ ਲੈ ਕੇ, ਅਤੇ ਇਹਨਾਂ ਨੇ ਜਿਹੜਾ ਹੈਗਾ ਲੁੱਟਾ ਖੋਹ ਕਰਦੇ ਨੇ। ਅਤੇ ਇਹਨਾਂ ਨੇ ਸਰਾਭਾ ਨਗਰ ਦੇ ਏਰੀਏ ਵਿੱਚ ਇੱਕ ਬੰਦੇ ਕੋਲੋਂ ਜਿਹੜੇ ਪੈਸੇ ਵੈਪਨ ਦਿਖਾ ਕੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਲੋਕਾਂ ਨੇ ਵੀ ਇਹਨਾਂ ਨੂੰ ਜਿਹੜਾ ਹੈਗਾ ਫੜਨ ਦੀ ਕੋਸ਼ਿਸ਼ ਕੀਤੀ, ਲੇਕਿਨ ਇਹ ਮੌਕੇ ਤੋਂ ਫਰਾਰ ਹੋ ਗਏ। ਉਸ ਤੋਂ ਬਾਅਦ ਪੁਲਿਸ ਨੇ ਜਿਹੜਾ ਕੇਸ ਰਜਿਸਟਰ ਕਰਕੇ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ। ਅਤੇ ਇਹਨਾਂ ਕੋਲੋਂ ਜਿਹੜਾ ਹੈਗਾ ਇੱਕ ਜਿਹੜਾ ਨਜਾਇਜ਼ ਅਸਲਾ ਹੈਗਾ ਤੁਸੀਂ ਦੇਖ ਸਕਦੇ ਹੋ, ਪਿਸਟਲ ਹੈਗਾ 7.65 mm ਦਾ, ਅਤੇ ਨਾਲ 7 ਰਾਊਂਡ ਨੇ ਉਹ ਜਿਹੜੇ ਬਰਾਮਦ ਹੋਏ ਨੇ। ਅਤੇ ਜਿਹੜਾ ਇਹਨਾਂ 'ਚ ਜਿਹੜਾ ਦੋਸ਼ੀ ਇੱਕ ਰਿੱਕੀ ਹੈਗਾ, ਉਹ ਤਾਂ ਜਿਹੜਾ ਪਹਿਲਾਂ ਵੀ NDPS ਦਾ ਕਮਰਸ਼ੀਅਲ ਕੁਆਂਟਿਟੀ ਦਾ ਜਿਹੜਾ ਦਾਖੇ ਥਾਣੇ ਵਿੱਚ ਪਰਚਾ ਦਰਜ ਹੈਗਾ। ਅਤੇ ਹੁਣ ਅਸੀਂ ਇਹਦੇ ਵਿੱਚ ਇੱਕ ਦੋਸ਼ੀ ਇਹਨਾਂ ਦਾ ਹੋਰ ਸੀਗਾ, ਸਾਥੀ ਜਿਹੜਾ ਸੀਗਾ ਜਤਿੰਦਰ ਸਿੰਘ ਕਾਕੀ ਜੋੜਾਂ ਦੇ ਨਾਲ ਸੀਗਾ, ਜਿਹੜਾ ਕਿ ਇਹ ਹਾਲ ਤੱਕ ਇਹਦੀ ਗ੍ਰਿਫਤਾਰੀ ਨਹੀਂ ਹੋਈ ਹੈ, ਅਤੇ ਅਸੀਂ ਇਹਨੂੰ ਵੀ ਜਿਹੜਾ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ। ਬਿਲਕੁਲ, ਜਿਹੜੀ ਇਹ ਇਨੋਵਾ ਰੇ ਕਾਰ ਜਿਹੜਾ ਸੈਂਟਰ ਆਪਣਾ ਰਿਪੇਅਰ ਸੈਂਟਰ ਚਲਾਉਂਦੇ ਨੇ, ਅਤੇ ਜਿਹੜੀ ਇੱਕ ਸੈਕਿੰਡ ਹੈਂਡ ਇਨੋਵਾ ਕਾਰ ਹੈਗੀ ਹੈ ਇਹਨਾਂ ਕੋਲ ਹੈਗੀ ਹੈ। ਅਤੇ ਇਹ ਲੈ ਕੇ ਇਹ ਹਾਈਵੇ ਦੇ ਉੱਪਰ ਜਿੰਨੀ ਕੋਈ ਲੁੱਟ ਖੋਹ ਹੁੰਦੀ ਹੈਗੀ ਹੈ, ਇਹ ਖਾਸ ਕਰ ਜਿਹੜੀ ਜਗਰਾਉਂ ਮੁੱਲਾਪੁਰ ਵਾਲਾ ਏਰੀਆ ਹੈਗਾ ਉੱਥੇ ਵਾਰਦਾਤ ਨੂੰ ਇਲਜ਼ਾਮ ਦਿੰਦੇ ਸੀਗੇ। ਇਹ ਹਾਲੇ ਜਿਹੜੀ ਮੁੱਢਲੀ ਤਫਤੀਸ਼ ਹੈਗੀ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ MP ਮੱਧ ਪ੍ਰਦੇਸ਼ ਤੋਂ ਇਹ ਲੈ ਕੇ ਆਏ। ਬਾਕੀ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਹੋਰ ਇਨਵੈਸਟੀਗੇਸ਼ਨ ਕਰਾਂਗੇ। ਇਹ ਬਿਲਕੁਲ ਦੋਨੋਂ ਸਗੇ ਭਰਾ ਨੇ। ACP ਵੈਸ ਤੇ SHO ਸਰਾਭਾ ਨਗਰ ਦੀ ਟੀਮ ਨੂੰ ਜਿਹੜੀ ਬਹੁਤ ਵੱਡੀ ਜਿਹੜੀ ਸਫਲਤਾ ਅਤੇ ਵਧੀਆ ਸਫਲਤਾ ਜਿਹੜੀ ਹਾਸਿਲ ਹੋਈ ਹੈ। ਇਹਨਾਂ ਦੀ ਟੀਮ ਨੇ ਇੱਕ ਜਿਹੜਾ ਕੁਖਿਆਤ ਅਪਰਾਧੀ ਸੀਗੇ ਦੋ, ਇੱਕ ਗੁਰਦੀਪ ਸਿੰਘ ਵਿੱਕੀ ਅਤੇ ਹਰਪ੍ਰੀਤ ਸਿੰਘ ਰਿੱਕੀ ਹੈ, ਇਹਨਾਂ ਨੂੰ ਗ੍ਰਿਫਤਾਰ ਕੀਤਾ। ਜਿਹੜੇ ਦੋਨੋਂ ਮੁੱਲਾਪੁਰ ਦੇ ਰਹਿਣ ਵਾਲੇ ਨੇ, ਦੋਨੋਂ ਭਰਾ ਨੇ। ਇਹਨਾਂ ਨੇ 29 ਤਰੀਕ ਨੂੰ ਜਿਹੜਾ ਹੈਗਾ ਕਿ ਆਪਣੀ ਇਨੋਵਾ ਗੱਡੀ ਲੈ ਕੇ, ਵੈਪਨ ਲੈ ਕੇ, ਨਜਾਇਜ਼ ਅਸਲਾ ਇਹਨਾਂ ਕੋਲ ਹੈਗਾ ਉਹ ਲੈ ਕੇ, ਅਤੇ ਇਹਨਾਂ ਨੇ ਜਿਹੜਾ ਹੈਗਾ ਲੁੱਟਾ ਖੋਹ ਕਰਦੇ ਨੇ। ਅਤੇ ਇਹਨਾਂ ਨੇ ਸਰਾਭਾ ਨਗਰ ਦੇ ਏਰੀਏ ਵਿੱਚ ਇੱਕ ਬੰਦੇ ਕੋਲੋਂ ਜਿਹੜੇ ਪੈਸੇ ਵੈਪਨ ਦਿਖਾ ਕੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਲੋਕਾਂ ਨੇ ਵੀ ਇਹਨਾਂ ਨੂੰ ਜਿਹੜਾ ਹੈਗਾ ਫੜਨ ਦੀ ਕੋਸ਼ਿਸ਼ ਕੀਤੀ, ਲੇਕਿਨ ਇਹ ਮੌਕੇ ਤੋਂ ਫਰਾਰ ਹੋ ਗਏ। ਉਸ ਤੋਂ ਬਾਅਦ ਪੁਲਿਸ ਨੇ ਜਿਹੜਾ ਕੇਸ ਰਜਿਸਟਰ ਕਰਕੇ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ। ਅਤੇ ਇਹਨਾਂ ਕੋਲੋਂ ਜਿਹੜਾ ਹੈਗਾ ਇੱਕ ਜਿਹੜਾ ਨਜਾਇਜ਼ ਅਸਲਾ ਹੈਗਾ ਤੁਸੀਂ ਦੇਖ ਸਕਦੇ ਹੋ, ਪਿਸਟਲ ਹੈਗਾ 7.65 mm ਦਾ, ਅਤੇ ਨਾਲ 7 ਰਾਊਂਡ ਨੇ ਉਹ ਜਿਹੜੇ ਬਰਾਮਦ ਹੋਏ ਨੇ। ਅਤੇ ਜਿਹੜਾ ਇਹਨਾਂ 'ਚ ਜਿਹੜਾ ਦੋਸ਼ੀ ਇੱਕ ਰਿੱਕੀ ਹੈਗਾ, ਉਹ ਤਾਂ ਜਿਹੜਾ ਪਹਿਲਾਂ ਵੀ NDPS ਦਾ ਕਮਰਸ਼ੀਅਲ ਕੁਆਂਟਿਟੀ ਦਾ ਜਿਹੜਾ ਦਾਖੇ ਥਾਣੇ ਵਿੱਚ ਪਰਚਾ ਦਰਜ ਹੈਗਾ। ਅਤੇ ਹੁਣ ਅਸੀਂ ਇਹਦੇ ਵਿੱਚ ਇੱਕ ਦੋਸ਼ੀ ਇਹਨਾਂ ਦਾ ਹੋਰ ਸੀਗਾ, ਸਾਥੀ ਜਿਹੜਾ ਸੀਗਾ ਜਤਿੰਦਰ ਸਿੰਘ ਕਾਕੀ ਜੋੜਾਂ ਦੇ ਨਾਲ ਸੀਗਾ, ਜਿਹੜਾ ਕਿ ਇਹ ਹਾਲ ਤੱਕ ਇਹਦੀ ਗ੍ਰਿਫਤਾਰੀ ਨਹੀਂ ਹੋਈ ਹੈ, ਅਤੇ ਅਸੀਂ ਇਹਨੂੰ ਵੀ ਜਿਹੜਾ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ। ਬਿਲਕੁਲ, ਜਿਹੜੀ ਇਹ ਇਨੋਵਾ ਰੇ ਕਾਰ ਜਿਹੜਾ ਸੈਂਟਰ ਆਪਣਾ ਰਿਪੇਅਰ ਸੈਂਟਰ ਚਲਾਉਂਦੇ ਨੇ, ਅਤੇ ਜਿਹੜੀ ਇੱਕ ਸੈਕਿੰਡ ਹੈਂਡ ਇਨੋਵਾ ਕਾਰ ਹੈਗੀ ਹੈ ਇਹਨਾਂ ਕੋਲ ਹੈਗੀ ਹੈ। ਅਤੇ ਇਹ ਲੈ ਕੇ ਇਹ ਹਾਈਵੇ ਦੇ ਉੱਪਰ ਜਿੰਨੀ ਕੋਈ ਲੁੱਟ ਖੋਹ ਹੁੰਦੀ ਹੈਗੀ ਹੈ, ਇਹ ਖਾਸ ਕਰ ਜਿਹੜੀ ਜਗਰਾਉਂ ਮੁੱਲਾਪੁਰ ਵਾਲਾ ਏਰੀਆ ਹੈਗਾ ਉੱਥੇ ਵਾਰਦਾਤ ਨੂੰ ਇਲਜ਼ਾਮ ਦਿੰਦੇ ਸੀਗੇ। ਇਹ ਹਾਲੇ ਜਿਹੜੀ ਮੁੱਢਲੀ ਤਫਤੀਸ਼ ਹੈਗੀ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ MP ਮੱਧ ਪ੍ਰਦੇਸ਼ ਤੋਂ ਇਹ ਲੈ ਕੇ ਆਏ। ਬਾਕੀ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਹੋਰ ਇਨਵੈਸਟੀਗੇਸ਼ਨ ਕਰਾਂਗੇ। ਦੋਨੇ ਭਰਾ ਨੇ ਜੀ? ਇਹ ਬਿਲਕੁਲ ਦੋਨੋਂ ਸਗੇ ਭਰਾ ਨੇ।